ਕਿਸੇ ਸ਼ਹਿਰ ਨੇ ਕਿਹਾ ਅਮਨ ਜੰਗ ਦੀ ਕੁੱਖ ਚੋਂ ਉਪਜਦਾ ਜਿਹਦਾ ਜੋਰ ਹੈ ਉਹਦਾ ਸਤਿਕਾਰ ਵੀ ਹੈ, ਸ਼ਰਤ ਸੁਲਾ ਦੀ ਉਦੋਂ ਕੋਈ ਮੰਨਦਾ ਪਿੱਛੇ ਦੇਖਦਾ ਜਦੋਂ ਤਲਵਾਰ ਵੀ ਹੈ। ਸਾਡੇ ਪੰਥ ਦਾ ਹੀ ਜਿਹੜਾ ਪਰਿਵਾਰ ਹੈ ਸਰਮੌਰ ਸੰਸਥਾ, ਜਿਹਨੂੰ ਅੱਜ ਬਹੁਤ ਉਹ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਜਿਹੜੇ ਸਿੱਖੀ ਦੀ ਪਿੱਠ ਦੇ ਵਿੱਚ ਛੁਰਾ ਮਾਰਦੇ ਪਿਛਲੇ 5 ਦਹਾਕਿਆਂ ਤੋਂ ਚੱਲਦੇ ਆ ਰਹੇ ਨੇ। 7.5 ਸਾਲ ਕੇਸ ਲੜਨ ਤੋਂ ਬਾਅਦ ਮਲਕੇ ਪਿੰਡ ਜ਼ਿਲ੍ਹਾ ਮੋਗਾ ਦਾ ਕੇਸ ਗੁਰਸੇਵਕ ਸਿੰਘ ਫੌਜੀ ਨੇ ਜਿੱਤਿਆ, ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਮਾਫ ਕਰਨਾ। ਇੱਥੋਂ ਤੱਕ ਕਿ ਜਥੇਦਾਰ ਕੋਲੇ ਵੀ ਅਕਾਲ ਤਖ਼ਤ ਸਾਹਿਬ ਦੇ ਜਦੋਂ ਉਹਨਾਂ ਨੇ ਬੇਨਤੀ ਕੀਤੀ, ਉਹ ਕਹਿੰਦੇ ਤੈਨੂੰ ਕਿਹਨੇ ਕਿਹਾ ਸੀ ਪੰਗਾ ਲੈਣ ਨੂੰ। ਮਾਰੀ ਜਿਹੜਾ ਪਿਛਲੇ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ, ਸੋ ਇਸ ਮੋਰਚੇ ਦੀਆਂ ਜਿਹੜਾ ਬੀਜ ਹੈ ਉਹ ਚੱਪੇ ਦੀ ਧਰਤੀ ਉੱਤੇ ਬੋਇਆ ਗਿਆ ਜਿਸ ਵੇਲੇ ਉਸ ਮਹਾਨ ਜਰਨੈਲ ਨੂੰ ਪੂਰੇ ਖਾਲਸਾ ਪੰਥ ਨੇ ਸਰਬੱਤ ਖਾਲਸੇ ਦੇ ਰੂਪ ਜਕਾਰਿਆਂ ਦੀ ਗੂੰਜ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਐਲਾਨਿਆ। ਇਹ ਮੋਰਚਾ ਲਾਉਣ ਲਈ ਲਗਭਗ ਪਿਛਲੇ 4 ਮਹੀਨਿਆਂ ਤੋਂ ਬਹੁਤ ਸਧਾਰਨ ਜੇ ਵਿਅਕਤੀਆਂ ਵੱਲੋਂ ਯਤਨ ਕੀਤੇ ਗਏ। ਉਹ ਨਾ ਤਾਂ ਬਹੁਤ ਵੱਡੇ ਆਗੂ ਸੀ, ਨਾ ਉਹਨਾਂ ਕੋਲ ਕੋਈ ਕੇਡਰ ਸੀ, ਕੇਵਲ ਤੇ ਕੇਵਲ ਇੱਕ ਵਿਨਿਮਰਤਾ, ਇੱਕ ਬੇਨਤੀ ਸੀ ਜਿਹੜੀ ਹਰ ਸਿੱਖ ਆਗੂ ਕੋਲੇ ਜਾ ਕੇ ਕੀਤੀ, ਸੰਤਾਂ ਮਹਾਂਪੁਰਸ਼ਾਂ ਕੋਲੇ ਕੀਤੀ, ਬੁੱਧੀਜੀਵੀਆਂ ਪ੍ਰਮੁੱਖ ਸ਼ਖਸੀਅਤਾਂ ਕੋਲ ਕੀਤੀ। ਪਰ ਮੈਂ ਬੇਝਿਜ ਕੇ ਦੱਸਣਾ ਚਾਹੁੰਦਾ ਕਿ ਬਹੁਤਾ ਉਤਸ਼ਾਹ ਨਹੀਂ ਸੀ। ਉਹ ਸ਼ਖਸੀਅਤ ਜਿਹੜੀ ਤਿਹਾੜ ਜੇਲ੍ਹ 'ਚ ਨਜ਼ਰਬੰਦ ਹੈ, ਆਪਣੇ ਵਕੀਲਾਂ ਰਾਹੀਂ ਭੇਜੀਆਂ ਚਿੱਠੀਆਂ ਅਤੇ ਆਪਣੇ ਸਰਕਾਰੀ ਟੈਲੀਫੋਨ ਜਿਹੜਾ ਉਹਨਾਂ ਨੂੰ ਹਫ਼ਤੇ 'ਚ 1-2 ਦਿਨ ਕਰਨ ਦਾ ਮੌਕਾ ਮਿਲਦਾ, ਉਹਦੇ ਰਾਹੀਂ ਉਹ ਇੱਕ ਹੀ ਗੱਲ ਕਹਿੰਦੇ ਸਨ ਕਿ ਤੁਹਾਡੇ ਕੋਲੇ 2 ਰਸਤੇ ਨੇ। ਪਹਿਲਾ ਰਸਤਾ ਕੌਮ ਦੇ ਆਗੂ ਇਕੱਠੇ ਹੋ ਜਾਣ, ਦੂਜਾ ਰਸਤਾ ਕੌਮ ਇਕੱਠੀ ਹੋ ਜਾਏ। ਸੋ ਇੱਕ ਜਕਾਰਾ ਤੁਸੀਂ ਆਪਦੇ ਆਪ ਲਈ ਲਾਉਣਾ ਕਿ ਸਧਾਰਨ ਜੇ ਬੰਦਿਆਂ ਦੇ ਛੋਟੇ ਜਿਹੇ ਸੱਦੇ ਦੇ ਉੱਤੇ ਹੌਲੀ ਹੌਲੀ ਤੁਸੀਂ ਥੋੜੇ ਜਿਹੇ ਦਿਨਾਂ ਦੇ ਵਿੱਚ ਇੰਨਾ ਵਿਸ਼ਾਲ ਰੂਪ ਇਸ ਕੌਮੀ ਇਨਸਾਫ਼ ਮੋਰਚੇ ਨੂੰ ਦਿੱਤਾ। ਬੋਲੇ ਅੱਜ ਸਾਰੇ ਸਤਿਕਾਰਤ ਆਗੂ ਇਸ ਮੋਰਚੇ 'ਚ ਸ਼ਾਮਲ ਹੋ ਕੇ ਉਸ ਦੀ ਰੌਣਕ ਨੂੰ ਵਧਾਉਣ ਲੱਗੇ ਹੈ ਕਿ ਸਾਡੇ ਕੋਲੇ ਇੱਥੇ ਸਟੇਜ 'ਤੇ ਸਮੇਂ ਦੀ ਘਾਟ ਪੈ ਜਾਂਦੀ ਹੈ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਬੋਲਣਾ, ਮੈਂ ਕੇਵਲ 2-3 ਬੇਨਤੀਆਂ ਕਰਨੀਆਂ। ਅਸੀਂ ਸਾਰੇ ਮਿਲ ਕੇ ਇਤਿਹਾਸ ਨੂੰ ਦੁਹਰਾਉਣ ਵੀ ਜਾ ਰਹੇ ਹਾਂ ਅਤੇ ਇੱਕ ਨਵਾਂ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਰਚਨ ਵੀ ਜਾ ਰਹੇ ਹਾਂ। 1612 ਵਿੱਚ ਜਦੋਂ ਤਿਹਾੜ ਜੇਲ੍ਹ 6ਵੇਂ ਪਾਤਸ਼ਾਹੀ ਨੂੰ ਗਵਾਲੀਅਰ ਦੇ ਕਿਲ੍ਹੇ ਬਾਦਸ਼ਾਹ ਜਹਾਂਗੀਰ ਨੇ ਨਜ਼ਰਬੰਦ ਕਰ ਦਿੱਤਾ ਤਾਂ
ਸਮੇਂ ਦੀਆਂ ਸੰਗਤਾਂ ਕੋਹਾਂ ਵਾਟ ਚੱਲ ਕੇ ਲਗਭਗ 2 ਸਾਲ 1614 ਤੱਕ ਉਸ ਜੇਲ੍ਹ ਦੇ ਆਸੇ ਪਾਸੇ ਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਰਹੀਆਂ। ਅੱਜ ਮੁੜ ਉਹ ਮੰਜ਼ਰ ਬਣ ਗਿਆ ਔਰ ਉਸ ਜਾਪ ਦੀ ਤਾਕਤ ਦੇ ਨਾਲ ਨਾ ਕੇਵਲ, ਕਿਉਂਕਿ ਜਦੋਂ ਬਾਦਸ਼ਾਹ ਨੂੰ ਉਹਦੇ ਸੂਈਆਂ ਨੇ ਦੱਸਿਆ ਕਿ ਜਿਸ ਸ਼ਖਸੀਅਤ ਨੂੰ ਤੁਸੀਂ ਗਵਾਲੀਅਰ ਦੇ ਕਿਲੇ 'ਚ ਬੰਦ ਕੀਤਾ ਹੈ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ, ਉਹਨਾਂ ਦਾ ਬਹੁਤ ਵੱਡਾ ਪਿਆਰ ਤੇ ਪ੍ਰਤਾਪ ਲੋਕਾਂ ਦੇ ਵਿੱਚ ਹੈ। ਜੇਕਰ ਤੁਸੀਂ ਟੁਕਮਾ ਫੈਸਲਾ ਨਹੀਂ ਲੈਂਦੇ ਤਾਂ ਲੋਕ ਬਾਗੀ ਹੋ ਸਕਦੇ ਹੈ। ਬਿਲਕੁਲ ਉਹ ਹਾਲਾਤ ਔਰ ਉਸ ਵੇਲੇ ਦੇ ਉਸ ਮੁਗਲ ਹਾਕਮ ਨੇ ਜਦੋਂ ਕੋਈ ਡੈਮੋਕ੍ਰੇਸੀ ਨਹੀਂ ਸੀ ਹੁੰਦੀ, ਤਲਵਾਰਾਂ ਦੇ ਜ਼ੋਰ ਨਾਲ ਰਾਜ ਕੀਤਾ ਜਾਂਦਾ ਸੀ, ਉਹਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਪਿਆ ਔਰ ਗੁਰੂ ਸਾਹਿਬ ਆਪਣੀਆਂ ਸ਼ਰਤਾਂ ਤੇ 52 ਹਿੰਦੂ ਰਾਜਿਆਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਚੋਂ ਨਿਕਲੇ। ਸੋ ਬਿਲਕੁਲ ਉਹ ਜਿਹਾ ਮੰਜ਼ਰ ਅੱਜ ਅਸੀਂ ਜੇਲ੍ਹ ਤੋਂ 200 ਮੀਟਰ ਦੀ ਦੂਰੀ ਤੇ ਬੈਠੇ ਹਾਂ। ਇੱਥੇ ਉਸੇ ਤਰ੍ਹਾਂ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ, ਤਕਰੀਰਾਂ ਹੁੰਦੀਆਂ। ਸੋ ਇਹ ਇਤਿਹਾਸ ਲਿਖਿਆ ਜਾਏਗਾ, ਜਿੱਤਿਆ ਜਾਏਗਾ, ਕੌਮ ਬਹੁਤ ਸ਼ਾਨਦਾਰ ਢੰਗ ਨਾਲ ਇਹਨੂੰ ਜਿੱਤੇਗੀ। ਮੈਂ ਬੇਨਤੀ ਕਰਦਿਆਂ ਕਿ ਇਹ ਮੋਰਚਾ ਜਿਹਦੇ ਵਿੱਚ 3 ਮੰਗਾਂ ਸਪਸ਼ਟ ਰੂਪ ਦੇ ਵਿੱਚ, ਪਹਿਲੀ ਕਿ ਵਿਧਾਨ ਸਭਾ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਉੱਤੇ ਉਮਰ ਕੈਦ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਕਰਨ ਦੀ ਮੰਗ ਹੈ। ਉਹ ਕਾਨੂੰਨ ਵਿਧਾਨ ਸਭਾ 'ਚੋਂ ਪਾਸ ਕੀਤਾ ਜਾ ਚੁੱਕਿਆ ਹੈ ਪਰ ਲਾਗੂ ਨਹੀਂ ਕੀਤਾ ਗਿਆ। 295 ਮਹਿਜ 3 ਸਾਲ ਦੀ ਸਜ਼ਾ ਜਿਹਦੀ ਮੌਕੇ 'ਤੇ ਜ਼ਮਾਨਤ ਹੋ ਜਾਂਦੀ ਹੈ। 7.5 ਸਾਲ ਕੇਸ ਲੜਨ ਤੋਂ ਬਾਅਦ ਮਲਕੇ ਪਿੰਡ ਜ਼ਿਲ੍ਹਾ ਮੋਗਾ ਦਾ ਕੇਸ ਗੁਰਸੇਵਕ ਸਿੰਘ ਫੌਜੀ ਨੇ ਜਿੱਤਿਆ। ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਮਾਫ ਕਰਨਾ। ਉਹਦੇ ਰਿਸ਼ਤੇਦਾਰਾਂ ਨੇ, ਉਹਦੇ ਪਿੰਡ ਨੇ, ਇੱਥੋਂ ਤੱਕ ਕਿ ਜਥੇਦਾਰ ਕੋਲੇ ਵੀ ਅਕਾਲ ਤਖ਼ਤ ਸਾਹਿਬ ਦੇ ਜਦੋਂ ਉਹਨਾਂ ਨੇ ਬੇਨਤੀ ਕੀਤੀ, ਉਹ ਕਹਿੰਦੇ ਤੈਨੂੰ ਕਿਹਨੇ ਕਿਹਾ ਸੀ ਪੰਗਾ ਲੈਣ ਨੂੰ। ਸੋ 7.5 ਸਾਲਾਂ ਦੇ ਲੰਬੇ ਸਫ਼ਰ ਤੋਂ ਬਾਅਦ 3 ਸਾਲ ਦੀ ਸਜ਼ਾ ਹੋਈ। ਫੌਜੀ ਅਜੇ ਬੱਸਾਂ ਵਾਲੇ ਅੱਡੇ ਤੇ ਬੱਸ ਫੜ ਰਿਹਾ ਸੀ, ਦੋਸ਼ੀ ਪਹਿਲਾਂ ਜ਼ਮਾਨਤ ਲੈ ਕੇ ਪਿੰਡ ਚਲੇ ਗਏ ਕਿਉਂਕਿ ਉਹਨਾਂ ਦੇ ਨਾਲ ਸਮੇਂ ਦੀ ਹਕੂਮਤ ਖੜੀ ਹੈ। ਸੋ ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮੁੱਖ ਦੋਸ਼ੀ ਨੂੰ ਬਾਰ ਬਾਰ ਪਰੋਲ ਦੇ ਕੇ, ਉਹਦੀਆਂ ਮਜਲਸਾਂ ਕਰਵਾ ਕੇ, ਉਹਦੇ ਡਰਾਮੇ ਕਰਵਾ ਕੇ, ਕਿਸ ਤਰ੍ਹਾਂ ਸਿੱਖ ਕੌਮ ਦੀ ਹਿੱਕ ਤੇ ਇਨਸਾਫ ਪਸੰਦ ਲੋਕਾਂ ਦੀ ਹਿੱਕ ਤੇ ਮੂੰਗ ਦਲਿਆ ਜਾ ਰਿਹਾ ਹੈ। ਸੋ ਇਹ ਲੜਾਈ ਬੇਹੱਦ ਸੰਜਮ ਦੇ ਨਾਲ ਲੜੀ ਜਾਣ ਵਾਲੀ ਹੈ। ਸੋ ਪਹਿਲੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਉਮਰ ਕੈਦ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਕਰਕੇ ਉਹਨਾਂ ਨੂੰ ਸਾਰਿਆਂ ਕੇਸਾਂ ਤੇ ਲਾਗੂ ਕਰਕੇ ਫਾਸਟ ਟਰੈਕ ਅਦਾਲਤ ਬਣਾਈ ਜਾਵੇ ਜਿੱਥੇ ਹਰ ਰੋਜ਼ ਸੁਣਵਾਈ ਹੋਵੇ, ਤਾਂ ਕਿ ਇਹ ਮਾਮਲੇ 300 ਤੋਂ ਵੱਧ ਥਾਵਾਂ ਤੇ ਬੇਅਦਬੀਆਂ ਹੋ ਚੁੱਕੀਆਂ। 1 ਜੂਨ 2015 ਤੋਂ ਅਸੀਂ ਇੱਥੇ ਇੱਕ ਦੂਜੇ ਨਾਲ ਬਹਿਸ ਕੇ ਕਿਸ ਤਰ੍ਹਾਂ ਮਤਲਬ ਮਾਹੌਲ ਬਣਾ ਦਿੰਦੇ ਹਾਂ। ਸਾਨੂੰ ਇਸ ਸੰਜੀਦਾ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਦੂਸਰਾ ਮਾਮਲਾ ਕੋਟਪੂਰਾ ਬਹਿਬਲ ਗੋਲੀ ਕਾਂਡ ਦੇ ਵਿੱਚ 307 ਤੇ 302 ਦੇ ਵਿੱਚ ਖੁਦ ਸਰਕਾਰ ਨੇ ਸਿੱਟ ਬਣਾਈ, ਖੁਦ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ
ਪਰ ਉਹਦੀਆਂ ਜਿਹੜੀਆਂ ਤਫਤੀਸ਼ਾਂ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਉਹਨਾਂ ਦਾ ਚਲਾਨ ਤੇ ਟ੍ਰਾਇਲ ਕਰਾਉਣ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਬੇਈਮਾਨੀ ਕਰਕੇ ਉਹਨਾਂ ਦੋਸ਼ੀਆਂ ਦੇ ਨਾਲ ਖਲੋਤੀ ਹੈ। ਸੋ ਸਾਡੀ ਮੰਗ ਹੈ ਕਿ ਉਹ ਪੂਰਨ ਤੌਰ ਦੇ ਉੱਤੇ ਸਹੀ ਢੰਗ ਦੇ ਨਾਲ ਮੁਕੱਦਮੇ ਚਲਾ ਕੇ ਉਹ ਵੀ ਫਾਸਟ ਟਰੈਕ ਅਦਾਲਤ ਦੇ ਵਿੱਚ ਸ਼ੁਰੂ ਕੀਤੇ ਜਾਣ। ਤੀਸਰੀ ਬੰਦੀ ਸਿੰਘਾਂ ਦੀ ਰਿਹਾਈ ਦੀ ਸਟੇਜ ਤੋਂ ਜ਼ਿਕਰ ਹੋਇਆ ਸੀ ਕਿ ਹੋਰ ਵੀ ਬਹੁਤ ਸਾਰੇ ਬੰਦੀ ਸਿੰਘ ਨੇ, ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਹਕੂਮਤ ਨੇ ਉਹਨਾਂ 'ਤੇ ਵੀ ਝੂਠੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਲੱਕਿਆ ਹੋਇਆ ਹੈ, ਪਰ ਇੱਕ ਕਾਨੂੰਨੀ ਨਜ਼ਰੀਏ ਤੇ, ਕਿਉਂਕਿ ਹਾਕਮਾਂ ਨੇ ਸਾਰੀ ਤਾਣੀ ਉਲਝਾਈ ਹੋਈ ਹੈ, ਅਸੀਂ ਇੱਕ ਤੰਦ ਫੜਾਂਗੇ ਤਾਂ ਤਾਣੀ ਸੁਲਝਣੀ ਸ਼ੁਰੂ ਹੋਏਗੀ। ਸੋ ਜਿਨ੍ਹਾਂ ਨੇ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਉਹ ਨੌ ਬੰਦੀ ਸਿੰਘਾਂ ਦੀ ਗੱਲ ਉਸ ਨਜ਼ੀਰ ਤੇ ਕਿ ਜਿਸ ਤਰ੍ਹਾਂ ਬਾਕੀ ਭਾਰਤ ਦੇ ਵਿੱਚ ਕਾਨੂੰਨ ਅਨੁਸਾਰ ਸਾਰਿਆਂ ਦੀ ਰਿਹਾਈ 14 ਤੇ ਵੱਧ ਤੋਂ ਵੱਧ 16 ਸਾਲ ਬਾਅਦ ਹੋ ਜਾਂਦੀ ਹੈ, ਇਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਜਿਸ ਤਰ੍ਹਾਂ ਰਾਜੀਵ ਗਾਂਧੀ ਦੇ ਕਾਤਲ ਉਹਨਾਂ ਨੂੰ ਰਿਹਾ ਕੀਤਾ ਗਿਆ, ਉਸ ਕੌਮ ਦੇ ਜਰਨੈਲ ਨੇ, ਪਰ ਸਾਡੀ ਕੌਮ ਦੇ ਜਰਨੈਲ ਸਾਡਾ ਆਪਸੀ ਇਤਫਾਕ ਦੀ ਘਾਟ ਹੋਣ ਕਰਕੇ ਅੰਦਰ ਬੈਠੇ ਨੇ। ਸੋ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ, ਔਰ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਔਰ ਚੌਥਾ 328 ਸਰੂਪਾਂ ਦਾ ਮਾਮਲਾ ਸਾਡੇ ਪੰਥ ਦਾ ਹੀ ਜਿਹੜਾ ਪਰਿਵਾਰ ਹੈ ਸਰਮੌਰ ਸੰਸਥਾ ਜਿਹਨੂੰ ਅੱਜ ਬਹੁਤ ਉਹ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਜਿਹੜੇ ਸਿੱਖੀ ਦੀ ਪਿੱਠ ਦੇ ਵਿੱਚ ਛੁਰਾ ਮਾਰਦੇ ਪਿਛਲੇ 5 ਦਹਾਕਿਆਂ ਤੋਂ ਚੱਲਦੇ ਆ ਰਹੇ ਨੇ। ਸੋ ਉਹਨਾਂ ਦੇ ਨਾਲ ਨਿਬੇੜਿਆ ਜਾਏਗਾ, ਪਰ ਸੰਗਤ ਦੀ ਸ਼ਕਤੀ ਦੇ ਨਾਲ, ਸੰਗਤ ਦੇ ਅਨੁਸ਼ਾਸਨ ਦੇ ਨਾਲ, ਸੰਗਤ ਦੀ ਸਦਭਾਵਨਾ ਦੇ ਨਾਲ, ਔਰ ਜਿਹੜਾ ਸਰਕਾਰ ਤੋਂ ਲੈਣਾ ਉਹ ਵੀ ਸਿਰਾਂ ਦੀ ਗਿਣਤੀ ਹੁੰਦੀ ਹੈ ਲੋਕਤੰਤਰ ਦੇ ਵਿੱਚ। ਕਿਸੇ ਸ਼ਹਿਰ ਨੇ ਕਿਹਾ ਅਮਨ ਜੰਗ ਦੀ ਕੁੱਖ ਚੋਂ ਉਪਜਦਾ ਹੈ, ਜਿਹਦਾ ਜ਼ੋਰ ਹੈ ਉਹਦਾ ਸਤਿਕਾਰ ਵੀ ਹੈ, ਸ਼ਰਤ ਸੁਲਾ ਦੀ ਉਦੋਂ ਕੋਈ ਮੰਨਦਾ ਪਿੱਛੇ ਦੇਖਦਾ ਜਦੋਂ ਤਲਵਾਰ ਵੀ ਹੈ, ਪਰ ਲੋਕ ਰਾਜ ਦੇ ਵਿੱਚ ਤਲਵਾਰ ਲੋਕਾਂ ਦੇ ਸਿਰਾਂ ਦੀ ਗਿਣਤੀ ਹੁੰਦੀ ਹੈ। ਸੋ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਲੰਬੇ ਸੰਘਰਸ਼ ਦੇ ਲਈ ਆਪਾਂ ਬਹੁਤ ਹਮਲ ਦੇ ਨਾਲ ਡਰਾਮਾ ਬਣਾ ਕੇ ਇਹ ਲੜਾਈ ਲੜਨੀ ਹੈ। ਮੈਂ ਆਪ ਸਾਰਿਆਂ ਤੋਂ ਬਹੁਤ ਘੱਟ ਸੂਝਵਾਨ ਹਾਂ ਅਤੇ ਬਹੁਤ ਘੱਟ ਗਿਆਨਵਾਨ ਹਾਂ, ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਕਰਨਾ, ਜੇਕਰ ਤੁਹਾਨੂੰ ਇਹ ਗੱਲਾਂ ਠੀਕ ਲੱਗੀਆਂ ਹੋਣ ਤਾਂ ਗੱਜ ਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।